ਕ੍ਰਿਸ਼ਨ ਜਦ ਪੂਰਾ ਗੁਰੂ ਲੱਭਾ, ਗੁਰੂ ਪੂਰੇ ਗੁਰੂ ਨੇ ਨਾਮ ਦੜੇ ਕਰਾ ਤਾ, ਉਹੀ ਸੰਗਤ ਢੋਈ ਲੈ ਸਕਦਾ। ਸੰਗਤ ਕੈਸੀ ਜਾਣੀ ਹੈ ਜਿੱਥੇ ਇੱਕੋ ਨਾਮ ਵੇਖਾਂਗੇ, ਜੋ ਅੰਮ੍ਰਿਤਾ ਕੋਣੇ ਚੋਂ ਨਿਕਲ ਕੇ ਉਸ ਵੇਲੇ ਦੱਸਣ ਲੱਗ ਪਾਓ, ਦੱਸਣਾ ਤਰੀਕਾ ਨਹੀਂ, ਜੁਗਤੀ ਨਹੀਂ ਦੱਸਣੀ। ਉਹ ਆਪੇ ਜੋ ਸਤ ਸਿੱਖਦਾ ਉਹ ਸਿੱਖ ਲਵੇ, ਪਰ ਉਹ ਜਦੋਂ ਉਹ ਫਲ ਉਦੋਂ ਲੱਗਣਾ ਜਦੋਂ ਗੁਰੂ ਨੂੰ ਸਿਰ ਭੇਟੂਗਾ, ਗੁਰੂ ਦੀ ਸਿੱਖਿਆ 'ਤੇ ਚੱਲੂਗਾ। ਜੇ ਗੁਰੂ ਦੀ ਸਿੱਖਿਆ 'ਤੇ ਨਹੀਂ ਚੱਲਦਾ ਭਾਵਾਂ ਤੁਸੀਂ ਦੱਸ ਵੀ ਦਿਓ ਤਾਂ ਵੀ ਕੋਈ ਫਲ ਨਹੀਂ, ਕੋਈ ਲੱਛਣ ਵੀ ਉੱਦਾਂ ਦੇ ਹੋਣੇ ਆ, ਲੱਛਣ ਵੀ ਆਪਣੇ ਠੀਕ ਕਰਨੇ ਚਾਹੀਦੇ ਗੁਰੂ ਮਤ ਅਨੁਸਾਰ। ਬੜਾ ਤੋਂ ਬੜਾ ਅੰਮ੍ਰਿਤ ਵੇਲਾ ਪੱਕਾ ਹੋਣਾ ਚਾਹੀਦਾ, ਰਾਤ ਨੂੰ 12 ਵਜੇ 1 ਵਜੇ। ਦੂਜਾ ਨੰਦਾ ਚੁਗਲੀ ਅੱਖਾਂ ਕਰਨ ਤੁਹਾਡੇ ਠੀਕ ਚੱਲਦੇ ਆ, ਅਤੇ ਬੜਾ ਰੂਪ ਵੀ ਦੇਖੀ ਜਾਂਦੇ ਆ ਕਿ ਨਿੰਦਾ ਸੁਣੀ ਜਾਂਦੇ ਆ, ਫਿਰ ਤੁਸੀਂ ਮੂੰਹ ਨਾ ਦੱਪੀਓ ਤਾਂ ਉਹਦਾ ਕੀ ਫਲ ਲੱਗਣਾ। ਤੁਹਾਡਾ ਜੀਵਨ ਚੇਂਜ ਹੋਣਾ ਚਾਹੀਦਾ, ਚੁਗਲੀ ਨਿੰਦਾ ਕਰਕੇ ਕਿਸੇ ਨੂੰ ਬਰਬਾਦ ਨਹੀਂ ਕਰਨਾ, ਨਾਮ 'ਚ ਜੁੜੇ ਰਹੋ ਤਾਂ ਠੀਕ ਆ, ਬਾਕੀ ਹੋਰ ਗੱਲਾਂ ਬਾਤਾਂ ਦਾ ਸਾਰਾ ਪੌੜਾ ਹੀ ਪੈਂਦਾ। ਕਹਿੰਦਾ ਉਹਦੇ ਵਿੱਚ ਮੂੰਹ ਨਹੀਂ ਹਿਲਾਉਣਾ, ਦੱਸਣਾ ਵੀ ਨਹੀਂ ਹਿਲਾਉਣੀ, ਸੁਰਤੀ ਨਾਲ ਹੀ ਆਪਣਾ। ਅਤੇ ਆਹ ਤਾਂ ਪਹਿਲੀ ਪੌੜੀ ਆ ਮੂੰਹ ਨਾਲ ਜਪਣਾ, ਤਾਂ ਪਹਿਲੀ ਪੌੜੀ ਤੋਂ ਦੂਜੀ 'ਤੇ ਚੜ੍ਹਾਂਗੇ, ਪਰ ਪਹਿਲਾਂ ਤਾਂ ਚੁਆਲੇ 'ਤੇ ਚੜ੍ਹਨ ਹੁੰਦਾ। ਤੁਸੀਂ ਜਾਂ ਬੈਠੇ ਤੁਹਾਡਾ ਨਾਮ ਹੁੰਦਾ ਚੱਲਣਾ ਚਾਹੀਦਾ, ਨਾ ਹਲੇ ਨਹੀਂ ਚੱਲਿਆ ਤਾਂ ਹਲੇ ਤੁਹਾਨੂੰ ਚੱਲਿਆ, ਅਤੇ ਤੁਹਾਡਾ ਗੱਲਾਂ ਬਾਤਾਂ 'ਚ ਮਨ ਲਾਇਆ ਅਤੇ ਜੀਆਂ ਉਦੋਂ ਨਾ ਭੁੱਲ ਗਿਆ। ਬਾਬਾ ਕਹਿੰਦਾ ਇੱਕ ਪਲ ਵੀ ਵਿਸਰ ਜਾਵੇ ਤਾਂ ਬਿਰਲਾ ਕਰ ਸਕਦੇ। ਮਨ ਜਦ ਜੁੜਨ ਲੱਗ ਪਿਆ ਉਹਦੇ ਨਾਲ, ਫਿਰ ਤਾਂ ਤੁਹਾਨੂੰ ਉਹਦੀ ਵਾਜਬੂ ਆਪੇ ਸਭ ਕੁਛ ਅੰਦਰ ਹੀ ਹੋ ਜਾਂਦਾ। ਜੇ ਤੁਸੀਂ ਉੱਚੀ ਕਰਨਾ ਤਾਂ ਉਹ ਸੁਣਾਉਣ ਵਾਲੀ ਗੱਲ ਹੀ ਆ, ਤੁਸੀਂ ਨਾਮ ਜਦੋਂ ਹੱਸਦੇ ਨਾ ਜਾਂ ਫਿਰ ਜਿੱਦਾਂ ਮਨ 'ਚ ਜ਼ੋਰ ਆ ਆਉਣ ਪਹਿਲਾਂ ਇੱਦਾਂ, ਫਿਰ ਉਹਦੇ 'ਚ ਵੀ ਜ਼ੋਰ, ਉਹ ਸੋਤੀ 'ਚ ਵੀ ਜ਼ੋਰ ਆ ਜਾਂਦਾ, ਉਹ ਵੀ ਨਹੀਂ ਇੱਧਰ ਮਾੜੇ ਮੋਟੇ ਕੰਮ ਹੈਲਦੀ। ਗੁਰੂ ਤੇਗ ਗੁਰੂ ਹਟ ਜਾਂਦੇ ਆ ਜੀ, ਤਵੀਆਂ 'ਤੇ ਬੈਠੇ ਵੀ ਨਹੀਂ ਡੋਲੇ, ਉਹਨਾਂ ਮਨ ਤੋਂ ਡੋਲ ਸੀ, ਮਨ ਤਾਂ ਨਿਕਾਹੇ ਡਰਾਏ, ਮਨ ਨਹੀਂ ਡੋਲਦਾ ਤਾਂ ਕਬੀਰ ਕਹਿੰਦਾ